ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਭਾਰਤ ਸਰਕਾਰ ਦਾ ਇੱਕ ਫਲੈਗਸ਼ਿਪ ਮਿਸ਼ਨ ਹੈ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਇਸ ਨੂੰ ਸਾਲ 2015 ਵਿੱਚ ਅੱਜ ਦੇ ਦਿਨ ਹੀ ਲਾਗੂ ਕੀਤਾ ਗਿਆ ਸੀ ਯੋਜਨਾ ਦਾ ਮੰਤਵ ਸ਼ਹਿਰੀ ਗਰੀਬਾਂ ਨੂੰ ਮਕਾਨ ਬਣਾਉਣ ਦੀ ਸਹੂਲਤ ਦੇਣ ਜਾਂ ਉਹਨਾਂ ਦੇ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਮਦਦ ਦੇਣਾ ਹੈ ਪੰਜਾਬ ਵਿੱਚ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ ਗਰੀਬ ਪਰਿਵਾਰਾਂ ਦੇ ਲੋਕ ਆਪਣੇ ਕੱਚੇ ਮਕਾਨਾਂ ਨੂੰ ਪੱਕੇ ਕਰਕੇ ਰਹੇ ਨੇ ਜਲੰਧਰ ਸ਼ਹਿਰ ਦੇ ਆਲੇ-ਦੁਆਲੇ ਜਿਨ੍ਹਾਂ ਦੇ ਮਕਾਨ ਕੱਚੇ ਤੋਂ ਪੱਕੇ ਹੋ ਗਏ ਨੇ ਉਹ ਇਸ ਤੋਂ ਖੁਸ਼ ਨੇ ਇੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦਾ ਮੰਤਵ ਆਪਣੇ ਮਕਾਨ ਤੋਂ ਵਾਂਝੇ ਲੋਕਾਂ ਨੂੰ ਮਕਾਨ ਬਣਾਉਣ ਜਾਂ ਕੱਚੇ ਮਕਾਨ ਤੋਂ ਪੱਕੇ ਮਕਾਨ ਕਰਨ ਲਈ مالی ਮਦਦ ਦੇਣਾ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਯੋਜਨਾ ਤੋਂ ਲਾਭ ਲੈ ਕੇ ਲੋਕਾਂ ਨੇ ਮਕਾਨ ਬਣਾਏ ਨੇ। ਜਲੰਧਰ ਸ਼ਹਿਰ ਦੇ ਲਾਗੇ ਖੁਰਲਾ ਕنگੜਾ ਇਲਾਕੇ ਵਿੱਚ ਇਸ ਯੋਜਨਾ ਤਹਿਤ ਮਕਾਨ ਬਣਾਉਣ ਮਗਰੋਂ ਲਾਭਪਾਤਰੀ ਪਰਿਵਾਰਾਂ ਦੇ ਮੈਂਬਰ ਬੇਹੱਦ ਖੁਸ਼ ਨੇ। ਖੁਸ਼ ਹੋਣ ਵੀ ਕਿਉਂ ਨਾ ਕਿਉਂਕਿ ਜੋ ਨਵੇਂ ਮਕਾਨ ਬਣਨ ਤੋਂ ਪਹਿਲਾਂ ਮੀਂਹ ਛਕੜ ਉਹਨਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਸੀ ਜਦੋਂ ਕੱਚੀ ਛੱਤ ਰਾਹੀਂ ਮੀਂਹ ਦਾ ਪਾਣੀ ਘਰ ਅੰਦਰ ਸਾਰੇ ਸਮਾਨ ਨੂੰ ਖਰਾਬ ਕਰ ਦਿੰਦਾ ਸੀ ਪਰ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ ਬਣੇ ਮਕਾਨਾਂ ਨੇ ਉਹਨਾਂ ਦੀ ਇਹ ਸਾਰੀ ਪਰੇਸ਼ਾਨੀ ਦੂਰ ਕਰ ਦਿੱਤੀ ਹੈ ਜਦੋਂ ਵੀ ਜ ਮੀਂਹ ਗੜੀਦਾ ਹੁੰਦਾ ਸੀ ਤੇ ਵਰਤਨ ਇਧਰ ਕਦੀ ਬਿਸਤਰੇ 'ਤੇ ਭੇਜ ਜਾਣੇ ਆ ਕਦੀ ਮੰਜਾ ਇਧਰ ਦੇਖੀ ਜਾ ਕਦੀ ਉੱਧਰ ਕਰੀਦਾ ਸੀ ਇਹ ਪ੍ਰੋਬਲਮ ਜਿਆਦਾ ਹੁੰਦੀ ਬਈ ਸੀਗੀ ਦੇਖੋ ਜੀ ਖੁਸ਼ੀ ਤਾਂ ਹੁੰਦੀ ਹੈ ਜੇ ਚੀਜ਼ ਵਧੀਆ ਬਣੀ ਹੁੰਦੀ ਹੈ ਤਾਂ ਸਰਕਾਰ ਜੇ ਸਾਥ ਦਿੱਤਾ ਤਾਂ ਸਾਥ ਦਾ ਨਿਵਾਸ ਕਰਦੇ ਪਏ ਆ ਠੀਕ ਹੈ ਜੀ ਮੋਦੀ ਸਰਕਾਰ ਦਾ ਜੀ ਇਸ ਤੋਂ ਵੱਡਾ ਤਾਂ ਮੈਂ ਹੋਰ ਕੋਈ ਜੀਵਨ ਦਾ ਬੰਦਾ ਜਿਹੜਾ ਛੱਤ ਥੱਲੇ ਰਹਸਾ ਇਸ ਤੋਂ ਵੱਡਾ ਸਰਕਾਰ ਦੱਸੋ ਸਾਡੇ ਲਈ ਉਹ ਇੰਨਾ ਪਰਿਵਾਰ ਵਾਸਤੇ ਸੋਚਿਆ ਕਰਕੇ ਤੁਸੀਂ ਇੱਕ ਆ ਬੈਠ ਥੱਲੇ ਉਹ ਛੱਤ ਥਲੇ ਬੈਠੇ ਆ ਜੀ ਜਦੋਂ ਬਰਸਾਤ ਹੁੰਦੀ ਸੀ ਸਾਡੇ ਤਾਂ ਕੋਠੇ ਬਹੁਤ ਚੁੰਨੇ ਹੁੰਦੇ ਸੀ ਜੀ ਹਾਂ ਸਾਰੇ ਕੱਪੜੇ ਨੀਲੇ ਭਜ ਜਾਂਦੇ ਸੀ ਤੇ ਸਰਕਾਰ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਸਾਡੇ ਅਸੀਂ ਬਹੁਤ ਗੁਰੀਹਰਾਂ ਤੇ ਰਹਿੰਦੇ ਸੀ ਸਰਵਾੜ ਸੀ ਸਾਡੇ ਵੱਲੇ ਸੀ ਮੇਰੇ ਘਣੀ ਨੂੰ ਬਹੁਤ ਔਖਾ ਹੁੰਦਾ ਸੀ ਕਿ ਕਿਸੇ ਦੇ ਘਰ ਹੁੰਦੇ ਸੀ ਦੀ ਕਿਸੇ ਦੀ ਹਰ ਹਾਲਤ ਬਹੁਤ ਮਾੜੀ ਸੀ। ਇਹ ਸਿਓ ਇਹਨਾਂ ਨੂੰ ਲਾਗੂ ਕਰਨ ਲਈ ਲੋਕ ਜਿੱਥੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਨੇ ਉਥੇ ਉਹਨਾਂ ਨੂੰ ਵੀ ਇਹ ਸਿਓ ਇਹਨਾਂ ਤੋਂ ਲਾਭ ਲੈਣ ਦੀ ਸਲਾਹ ਦਿੰਦੇ ਨੇ। ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸੈਂਟਰ ਗਵਰਨਮੈਂਟ ਦਾ ਜਿਨ੍ਹਾਂ ਨੇ ਆਮ ਲੋਕਾਂ ਦੇ ਜਨਸੇਥੇ ਛੱਤ ਨਹੀਂ ਸੀ ਉਹਨਾਂ ਨੂੰ ਸਹਿਯੋਗ ਦਿੱਤਾ ਔਰ ਸਾਥ ਦਿੱਤਾ ਉਹਨਾਂ ਦਾ। ਔਰ ਮੈਂ ਬਾਕੀਆਂ ਦਾ ਵੀ ਬੇਨਤੀ ਕਰਦਾ ਕਿ ਜਿਹੜੀ ਸੈਂਟਰ ਗਵਰਨਮੈਂਟ ਦੀ ਜਿਲ੍ਹੀਆਂ ਵੀ ਸਕੀਮਾਂ ਚੱਲ ਰਹੀਆਂ ਆਪਾਂ ਸਾਰਿਆਂ ਨੂੰ ਦਾ ਸਾਥ ਦੇ ਹੋਰਾਂ ਸਹਿਯੋਗ ਲੈਣਾ ਚਾਹੀਦਾ ਦਾ ਫਾਇਦਾ ਲੈਣਾ ਚਾਹੀਦਾ ਔਰ ਮੈਂ ਖਾਸ ਹੋਤੇ ਕੇਂਦਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਯਕੀਨਨ ਪ੍ਰਧਾਨ ਮੰਤਰੀ ਆਵਾਸ ਯੁਨਾ ਸ਼ਹਿਰੀ ਆਪਣੇ ਮੰਤਵ ਵਿੱਚ ਕਾਮਯਾਬ ਹੋ ਰਹੀ ਹੈ ਅਤੇ ਲੋਕਾਂ ਨੂੰ ਉਹਨਾਂ ਦੀਆਂ ਕਈ ਪਰੇਸ਼ਾਨੀਆਂ ਤੋਂ ਛੁਟਕਾਰਾ ਦਿਵਾ ਰਹੀ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ